ਡਿਊਟੀ ਸੀਗੀ ਉੱਥੇ ਸਿੰਘਾਂ ਨੂੰ ਸਰੋਪਾ ਦਿੱਤੇ ਜਾਂਦੇ ਸੀਗੇ। ਮੈਂ ਉਸ ਵੇਲੇ ਸਿੰਘਾਂ ਨੂੰ ਨਾਲ ਲੈ ਕੇ, ਕੁਛ ਸਿੰਘ ਮੇਰੇ ਨਾਲ ਸੀਗੇ, ਤਕਰੀਬਨ ਮੈਂ 2-4 ਗੱਡੀਆਂ ਲੈ ਗਿਆ ਸੀਗਾ ਉਸ ਵੇਲੇ ਸੇਵਾ ਦੇ ਵਿੱਚ ਸਿੰਘਾਂ ਦੀ। ਤੇ ਉਹ ਇੱਥੇ ਅਟਕੋ ਤੇ ਮੈਂ ਬਾਬਾ ਜੀ ਹੁਕਮ ਸੁਣਿਆ ਕੀ ਕਹਿੰਦੇ ਨੇ। ਮੈਂ ਸਿੰਘਾਂ ਨੇ ਉਸ ਵੇਲੇ ਜਿਹੜੇ ਸੀ ਭਾਈ ਦਲਵੀਰ ਆਪਣਾ ਮੈਨੂੰ ਨਾਂ ਸੀ ਉਹਦਾ, ਇੱਥੇ ਸਿੰਘ ਨੇ ਉਹ ਭਾਈ ਜਸਵੀਰ ਸਿੰਘ ਹੋਣੀ, ਇੱਥੇ ਰਹਿੰਦੇ ਨੇ ਸਿੰਘ ਅਮਰੀਕਾ ਹੀ, ਉਹ ਬਾਬਾ ਜੀ ਹੁੰਦੇ ਸੀਗੇ। ਤੇ ਬਾਬਾ ਜੀ ਨੂੰ ਬਾਬਾ ਜੀ ਕਹਿਣ ਲੱਗੇ ਸਰੋਪਾ ਲੈ ਕੇ ਆ, ਉਹਨੂੰ ਕਹਿੰਦੇ ਉਹ ਕਹਿੰਦੇ ਉਹ ਸਰੋਪਾ ਜਿਹੜਾ ਖੱਟਾ ਆਪਣਾ ਹੁੰਦਾ ਉਹ ਲੈ ਆਇਓ, ਕਹਿੰਦੇ ਲੋਈ ਵੀ ਲੈ ਕੇ ਆ। ਕਹਿੰਦੇ ਜੀ ਬਾਬਾ ਜੀ ਨੇ ਉਹ ਜਿਹੜਾ ਸਰੋਪਾ ਸੀ ਆ ਤੇ ਇੱਕ ਸਰੋਪਾ ਹੋਰ 2 ਸਰੋਪਾ ਚੱਕ ਕੇ ਮੇਰੇ ਗਲ ਚ ਪਾਏ ਤੇ 5 ਰੁਪਏ ਮੈਨੂੰ ਮਹਾਂਪੁਰਖਾਂ ਨੇ ਦਿੱਤੇ। ਇਹ ਵੀ ਸਾਰਾ ਪਾਣਾ ਪਹਿਲਾ ਸੰਤ ਬਾਬਾ ਕਰਤਾ ਸੰਤ ਨੂੰ ਨਰਕ ਧਾਰੀਏ ਦੀ ਜਿਹੜੀ ਸੀ ਮਤਲਬ ਕਿ ਕਤਲ ਹੋਇਆ ਸੀ ਉਹਦਾ, ਸਿੰਘਾਂ ਨੇ ਗੱਡੀ ਚੜਾਇਆ ਸੀ ਉਹਨੂੰ, ਉਹਦੀ ਪੁਛਗਿਛ ਕੀਤੀ ਗਈ। ਉਹ ਚ ਬਾਅਦ ਸੰਤਾਂ ਨੂੰ ਬਰੀ ਕੀਤਾ ਗਿਆ, ਫਿਰ ਲਾਲਾ ਜਗਤ ਨਾਰਾਇਣ ਦੀ ਪੁਛਗਿਛ ਵਿੱਚ ਸੰਤਾਂ ਨੂੰ ਗ੍ਰਿਫਤਾਰ ਕੀਤਾ ਗਿਆ, 25 ਦਿਨ ਜੇਲ੍ਹ ਵਿੱਚ ਰਹੇ ਮਹਾਂਪੁਰਖ। ਉਸ ਤੋਂ ਬਾਅਦ ਫਿਰ ਉਸੇ ਤਰ੍ਹਾਂ ਪ੍ਰੋਗਰਾਮ ਚੱਲਦਾ ਰਿਹਾ। ਠੀਕ ਹੈ। ਤੇ ਕੁਝ ਸਿੰਘਾਂ ਨੂੰ ਨਜਾਇਜ਼ ਤੰਗ ਕਰ ਰਹੀ ਸੀ ਸਰਕਾਰ ਤੇ ਪੁਲਿਸ, ਤੇ ਉਹਨਾਂ ਨੂੰ ਫੜ ਕੇ ਮਤਲਬ ਕਿ ਤਸ਼ੱਦਦ ਕਰ ਰਹੀ ਸੀ, ਜਿਵੇਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜੇ ਵਰਕਰ ਸੀਗੇ, ਨੌਜਵਾਨ ਵੀਰ ਸੀਗੇ, ਉਹਨਾਂ ਵਿੱਚੋਂ ਵੀ ਤੇ ਕੁਝ ਸਿੰਘ ਖੰਡਕੀ ਜਿਹੇ ਦੇ ਸਿੰਘ ਜਿਹੜੇ ਸੀਗੇ, ਇਸ ਤਰ੍ਹਾਂ ਦੇ ਕੋਈ ਟਕਸਾਲ ਦੋਨੀ ਟਕਸਾਲ ਦੇ ਸਿੰਘ ਸੀਗੇ, ਤੇ ਉਹਨਾਂ ਨੂੰ ਨਜਾਇਜ਼ ਕੀਤਾ ਜਾ ਰਿਹਾ ਸੀ। ਜਿਵੇਂ ਭਾਈ ਕੁਲਵੰਤ ਸਿੰਘ ਨਾਗੋਕਿਆਲ ਨੂੰ ਪਹਿਲਾਂ ਸਿੰਘ ਸ਼ਹੀਦ ਕੀਤਾ ਗਿਆ, ਇਸ ਢੰਗ ਦੇ ਸੀਗੇ ਕਿ ਉਹ ਅਕਾਲ ਪੁਰਖ ਵਾਹਿਗੁਰੂ ਕਿਉਂਕਿ ਸਾਖਿਆਤ ਰੂਪ ਮਹਾਰਾਜ ਦੇ ਪਾਤਸ਼ਾਹ ਸਰੂਪ ਨੂੰ ਜਾਣਦੇ ਸੀ, ਤੇ ਬੜੀ ਨਿਮਰਤਾ ਨਾਲ ਬੇਨਤੀ ਕੀਤੀ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸਿੰਘਾਂ ਤੇ ਤੇਰੀ ਕੌਮ ਤੇ ਤਸ਼ੱਦਦ ਸਮੇਂ ਦੀ ਜ਼ਾਲਮ ਸਰਕਾਰ ਕਰ ਰਹੀ ਹੈ, ਸਾਨੂੰ ਇਹਨਾਂ ਦੀ ਰਿਹਾਈ ਵਾਸਤੇ, ਜੇ ਤਾਂ ਮੈਂ ਮੋਰਚਾ ਲਾ ਰਿਹਾ ਇਹਨਾਂ ਦੀ ਸਿੰਘਾਂ ਦੀ ਰਿਹਾਈ ਵਾਸਤੇ, ਤਾਂ ਮਹਾਰਾਜ ਮੈਨੂੰ ਸਫਲਤਾ ਮਿਲੇ। ਜੇ ਮੈਂ ਆਪਣੀ ਵਡਿਆਈ ਵਾਸਤੇ, ਆਪਣੀ ਸ਼ੌਹਰਤ ਵਾਸਤੇ ਮੋਰਚਾ ਲਾਉਣ ਲੱਗਾ ਤਾਂ ਮੈਨੂੰ ਅਸਫਲਤਾ ਮਿਲੇ। ਠੀਕ। ਇਹ ਵਚਨ ਮਹਾਂਪੁਰਖਾਂ ਨੇ ਕਹੇ, ਪਰ ਲੇਕਿਨ ਕਿਉਂਕਿ ਉਸ ਵੇਲੇ ਇਹੀ ਸੀਗਾ ਮੰਗ ਇੱਕੋ ਹੀ ਕਿ ਜਿਹੜੇ ਨਜਾਇਜ਼ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਛੱਡਿਆ ਜਾਵੇ। ਸੰਤਾਂ ਦੇ ਸੱਚਖੰਡ ਜਾਣ ਤੋਂ ਬਾਅਦ ਭਾਈ ਜਸਵੰਤ ਸਿੰਘ ਭਗਤ ਜੀ ਨੂੰ ਕੁਝ ਸਿੰਘ ਇਹ ਚਾਹੁੰਦੇ ਸੀ ਵੀ ਇਹਨਾਂ ਨੂੰ ਅਗਲਾ ਮੁਖੀ ਚੁਣਿਆ ਜਾਵੇ। ਅੱਛਾ ਜੀ। ਕੁਝ ਸਿੰਘਾਂ ਦੀ ਰਾਏ ਉਸ ਵੇਲੇ ਇੱਥੇ ਇਹ ਹੋਈ ਕਿ ਨਹੀਂ, ਭਾਈ ਅਮਰੀਕ ਸਿੰਘ ਸੰਤਾਂ ਦਾ ਭਚੰਗੀ ਵੀ ਆ ਤੇ ਪੜ੍ਹਿਆ ਲਿਖਿਆ ਵੀ ਆ ਅਤੇ ਕਥਾ ਕੀਰਤਨ ਕਰਨ ਵੀ ਜਾਣਦੇ ਨੇ, ਕਥਾ ਕਰਨ ਜਾਣਦੇ, ਭਾਈ ਅਮਰੀਕ ਸਿੰਘ ਕਥਾ ਵੀ ਕਰਦੇ ਹੁੰਦੇ ਸੀਗੇ, ਸ਼ਾਇਦ ਤੁਸੀਂ ਉਹਨਾਂ ਦੀ ਇੱਕ ਕਥਾ ਮਾਘ ਮੱਝਣ ਸੰਸਾਧੂਆਂ ਧੂੜੀ ਕਰ ਇਸ਼ਨਾਨ, ਇਹ ਰਿਕਾਰਡਿੰਗ ਵੀਡੀਓ ਚੱਲਦੀ ਹੈ, ਰਿਕਾਰਡਿੰਗ ਚੱਲਦੀ ਹੈ ਆਡੀਓ। ਠੀਕ ਆ। ਉਹ ਭਾਵ ਉਹ ਕਥਾ ਵੀ ਕਰਦੇ ਸੀ। ਜਿੰਨਾ ਚਿਰ ਕੋਈ ਪੁਲਿਸ ਜਾਂ ਜਿਹੜੀ ਇਹ CRP ਜਾਂ BSF ਦੇ ਬੰਦੇ ਦਰਬਾਰ ਸਾਹਿਬ ਦੇ ਵਿੱਚ ਐਂਟਰ ਜਦੋਂ ਹੋਣਗੇ, ਤੁਹਾਨੂੰ ਦਰਬਾਰ ਸਾਹਿਬ ਦੀਆਂ ਪ੍ਰਕਿਰਿਆਵਾਂ ਵੱਲ ਵਧਣਗੇ, ਹਾਂ, ਹੇਠ ਹੋਣਗੇ, ਉਦੋਂ ਤੁਸੀਂ ਗੋਲੀ ਚਲਾਉਣੀ ਹੈ। ਠੀਕ ਹੈ। ਬਿਲਕੁਲ ਨਹੀਂ ਫਾਇਰ ਕਰਨਾ। ਠੀਕ। ਇਹ ਲਗਾਤਾਰ ਉੱਤੋਂ ਫਾਇਰਿੰਗ ਚੱਲਦੀ ਰਹੀ ਜਿੱਥੇ ਭਾਈ ਜੀਵਨ ਸਿੰਘ ਤੇ ਭਾਈ ਚਤਰ ਸਿੰਘ, ਹਾਂ, ਮਤਲਬ ਕਿ ਦੁਕਾਨ ਹੈ, ਇੱਥੇ ਇੱਕ ਬਿਲਡਿੰਗ ਸੀ ਬੜੀ ਵੱਡੀ ਉੱਚੀ, ਹਾਂਜੀ, ਉੱਥੋਂ ਵੀ ਇਹ ਫਾਇਰਿੰਗ ਹੁੰਦੀ ਰਹੀ, ਜਿਹੜੀ ਸਿੱਧੀ ਫਾਇਰਿੰਗ ਮਤਲਬ ਕਿ ਲੰਗਰ ਹਾਲ ਦੇ ਉੱਤੇ ਹੋ ਰਹੀ ਸੀ। ਦਰਬਾਰ ਸਾਹਿਬ ਨੂੰ ਵੀ ਉਸ ਵੇਲੇ ਨਿਸ਼ਾਨਾ ਬਣਾਇਆ ਗਿਆ, ਦਰਬਾਰ ਸਾਹਿਬ ਦੇ ਵੀ ਗੋਲੀਆਂ ਲੱਗੀਆਂ ਹਰਿਮੰਦਰ ਸਾਹਿਬ ਦੇ ਉੱਪਰ। ਕਦੇ ਵੀ ਹੋਰ ਕਿਸੇ ਪਾਰਟੀ ਦਾ ਨਹੀਂ, ਮੈਂ ਤਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਤੇ ਜਿਹੜੇ ਪੰਥ ਪ੍ਰੋਗਰਾਮ ਨੇ ਸਾਰੇ ਉਹਨਾਂ ਦੀ ਸਾਰੀ ਕਰਦਾ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਸਿੱਖੀ ਦਾ ਪ੍ਰਚਾਰ ਕਰਦਾ ਵੀ ਤੁਸੀਂ ਮੇਰੇ ਨਾਲ ਈਰਖਾ ਕਿਉਂ ਕਰਦੇ ਹੋ।
ਸਿੰਘ ਨੇ ਉਸ ਵੇਲੇ ਕਿਹਾ ਬਾਬਾ ਜੀ ਮੈਂ ਸੱਚ ਬੋਲਾਂ ਤੇ ਝੂਠ ਬੋਲਾਂ? ਅੱਛਾ ਜੀ। ਉਹ ਕਹਿੰਦੇ ਨਹੀਂ ਸੱਚ ਦੱਸ। ਠੀਕ। ਉਹ ਕਹਿੰਦੇ ਸੱਚ ਫਿਰ ਇਹ ਹੈ ਜੀ ਵੀ ਸਾਡੀ ਸਾਰੀ ਸਾਰੀ ਉਮਰ ਲੰਘ ਚੱਲੀ ਹੈ, ਅਸੀਂ ਸਾਡੀ ਅੱਜ ਇੰਨੀ ਗੱਲਬਾਤ ਨਹੀਂ, ਸਿਰਫ ਈਰਖਾ ਇਸੇ ਕਰਕੇ ਹੀ ਹੈ ਵੀ ਤੁਹਾਡੀ ਚੜ੍ਹਤ ਬਹੁਤ ਹੋ ਰਹੀ, ਤੁਹਾਡੀ ਚੜ੍ਹਤ ਨਾਲ ਈਰਖਾ। ਇਸ ਕਰਕੇ ਹੀ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਜਿਹੜੀ ਚੜ੍ਹਤ ਸੀਗੀ ਸਿੱਖ ਸੰਗਤਾਂ ਦੇ ਵਿੱਚ, ਜੋ ਉਹਨਾਂ ਦੀ ਲੌਬੀ ਸੀ, ਜੋ ਉਹਨਾਂ ਦੀ ਵਿਚਾਰਧਾਰਾ ਸੀਗੀ, ਉਹਨੂੰ ਇਹ ਲੋਕ ਦੇਖ ਕੇ ਨਹੀਂ ਸੀ ਜਲ ਸਕਦੇ। ਦੂਜੀ ਗੱਲ ਇਹ ਸੀਗੀ, ਬਾਬਾ ਜਰਨੈਲ ਸਿੰਘ ਜੀ ਨੇ ਇਹ ਗੱਲ ਸ਼ਰੇਆਮ ਸੰਗਤਾਂ ਵਿੱਚ ਕਹੀ ਸੀ ਕਿ ਸਾਧ ਸੰਗਤ ਜੀ ਮੋਰਚੇ ਅੱਗੇ ਵੀ ਲੱਗੇ ਨੇ, ਅੱਗੇ ਵੀ ਕਈ ਬੰਦਿਆਂ ਨੇ ਮਤਲਬ ਕਿ ਸਰਕਾਰ ਦੀ ਬੋਲੀ ਬੋਲ ਕੇ ਜੂਸ ਪੀ ਕੇ ਤੇ ਮੋਰਚੇ ਤੋੜ ਦਿੱਤੇ, ਉਹ ਮੰਗਾਂ ਨਾ ਵੀ ਮੰਗੀ ਮੰਨੀਆਂ ਗਈਆਂ।